ਲਿਖਤਾ ਜੀ ਜਿਹੜੀ ਮਨਪ੍ਰੀਤ ਦੀ ਲਾਸਟ ਵਿਕਟ ਸੀ ਨਾ ਉਹ ਜਿਹੜਾ 9th ਬੈਟਸਮੈਨ ਤੇ ਸਾਰੇ ਆਊਟ ਹੋ ਗਏ ਲਾਸਟ ਵਿਕਟ ਜਿਹੜਾ ਸਪੇਨ ਫਿਲਰ ਜਿਹੜੇ ਬੇਸਿਕਲੀ ਦ ਲਾਸਟ ਬੇਸ ਜਿਹੜੀ ਜਿੱਤੋ ਕੱਚੇ ਮੇਨ ਸਪੋਰਟ ਮੇਨ ਬੇਸ ਮੇਨ ਪਰਸਨ ਮੇਨ ਐਡਵਾਈਜ਼ਰ ਮੇਨ ਸਾਰਾ ਕੁਝ ਬੀਬੀਪੀ ਸਾਹ ਦਰਸ਼ਨ ਸਿੰਘ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ ਪਰਿਵਾਰ ਦੇ ਮੈਂਬਰ ਮੈਂ ਤੇ ਇਹਨਾਂ ਦਾ ਬਹੁਤ ਪੁਰਾਣੀ ਨਾਲ ਹੀ ਇਹਨਾਂ ਜੀ ਪੀ ਯੂ ਸਲਾਉਣੀ ਇਹਨਾਂ ਨੇ ਸਿਖਾਈ ਮੈਨੂੰ ਸਾਰਾ ਕੁਝ ਅਤੇ ਹੀ ਵਾਜ਼ ਅ ਪਰਸਨ ਜਿਹੜਾ ਦੇ ਓਰੀਜਨਲ ਉਹਨਾਂ ਦਾ ਬੇਟਾ ਹੀ ਫੋਟ ਇਲੈਕਸ਼ਨ ਫਰੋਮ ਅੰਮ੍ਰਿਤਸਰ ਫਰੋਮ ਰੋਪੜ ਚੀਮਾ ਸਾਹਿਬ ਕਿੰਨੀ ਵੋਟਾਂ ਲੈ ਕੇ ਗਏ 25,000 ਸੋ ਆਹ ਇੱਕ ਲਾਸਟ ਵਿਕਟ ਬੇਸਿਕਲੀ ਆਈ ਥਿੰਕ ਆਫਟਰ ਦੈਟ ਤਾਂ ਹੀ ਲੈਸ ਮੋਚ ਆਪਸ਼ਨ ਬਟ ਟੂ ਸ਼ਟ ਸ਼ੋਪ ਅਤੇ ਇਟ ਇਜ਼ ਬੀਨ ਅ ਬਿਗ ਇੱਕ ਤਾਂ ਸਾਡੀ ਫੈਮਿਲੀ ਇਕੱਠੀ ਹੋਈ ਹੈ ਸੈਕਿੰਡ ਦੇ ਆਰ ਪੋਲੀਟੀਕਲੀ ਇਹਨਾਂ ਦਾ ਸਾਡੇ ਏਰੀਏ 'ਚ ਕਿੱਦੜ ਵੇ ਬਠਿੰਡਾ ਏਰੀਆ ਮੁਕਤਸਰ ਏਰੀਏ 'ਚ ਦੇ ਆਰ ਪੋਲੀਟੀਕਲੀ ਵੈਰੀ ਐਕਟਿਵ ਐਂਡ ਸਟਰੋਂਗ ਉੱਥੇ ਹੀ ਸਾਨੂੰ ਬਹੁਤ ਵੱਡਾ ਫਾਇਦਾ ਅਤੇ ਇੱਥੇ ਰੋਪੜ ਡਿਸਟ੍ਰਿਕਟ ਇੱਥੇ ਵੀ ਸਾਨੂੰ ਮੋਹਾਲੀ ਤੋਂ ਲੈ ਕੇ ਰੋਪੜ ਸਾਰੇ ਇੱਥੇ ਬਹੁਤ ਫਾਇਦਾ ਸੋ ਬਟ ਵੱਡੀ ਗੱਲ ਜਿਹੜੀ ਹੈ ਆਈ ਥਿੰਕ ਹੁਣ ਮਨਪ੍ਰੀਤ ਇਜ਼ ਕਮ ਅ ਲੋਨਰ ਐਂਡ ਆਈ ਲਾਈਕ ਟੂ ਵੈਲਕਮ ਮੈਂ ਸਾਨੂੰ ਵੈਲਕਮ ਕਰਨਾ ਪਾਰਟੀ 'ਚ ਐਂਡ ਮੈਨੂੰ ਸੀ ਐੱਮ ਸਾਹਿਬ ਦੇ ਫੋਨ ਆਇਆ ਸੀ ਕਿ ਬੜੀ ਖੁਸ਼ੀ ਹੈ ਉਹਨਾਂ ਨੂੰ ਕਿਉਂਕਿ ਉਹ ਮੈਂ ਪਰਿਵਾਰ ਇਕੱਠਾ ਹੋਇਆ ਐਂਡ ਆਈ ਵੈਲਕਮ ਦੈਮ ਐਂਡ ਅਸ਼ੋਰ ਦੈਮ ਕਿ ਦੇ ਵੀ ਪਾਰਟ ਆਫ ਅ ਫੈਮਿਲੀ ਐਂਡ ਇਕੱਠੇ ਵੀ ਫਾਈਟ ਅਦਰ ਬੈਟਲਸ ਟੂਗੈਦਰ ਜਿਹੋ ਜਿਹੇ ਅਸੀਂ ਗਏ ਸੀ ਉਹੋ ਜਿਹੇ ਮੁੜੇ ਅਸੀਂ ਅਸੈਂਬਲੀ ਪਾਰਲੀਮੈਂਟ ਦੇ ਇਲੈਕਸ਼ਨ 'ਚ ਬੀਬੀ ਜੀ ਨੂੰ ਵੋਟ ਪਾਈ ਸੀ ਅਕਾਲੀ ਦਲ ਸਾਡੀ ਇੱਥੇ ਵੋਟ ਹੀ ਅਸੀਂ ਵੋਟ ਪਾਈ ਨਹੀਂ ਫਿਰ ਪਾਰਲੀਮੈਂਟ ਦੀ ਫਿਰ ਸਾਨੂੰ ਸਰੋਪੇ ਦੀ ਵੀ ਲੋੜ ਨਹੀਂ ਉਹ ਫਿਰ ਵੀ ਜਿਹੋ ਜਿਹੇ ਸ਼ਬਦ ਗਏ ਸੀ ਉਹੋ ਜਿਹੇ ਸ਼ਬਦ ਮੁੜੇ ਆਏ ਹਾਂ ਅਸੀਂ ਤਾਂ ਬੜਾ